ਉੜਦੇ ਜਹਾਜ਼ 'ਚ ਲੱਗੀ ਅੱਗ ਪਾਇਲਟ ਨੇ ਸੂਝ-ਬੂਝ ਨਾਲ ਬਚਾਈ 74 ਯਾਤਰੀਆਂ ਦੀ ਜਾਨ ਪੇਸ਼ ਹੈ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਟੋਰਾਂਟੋ ਤੋਂ ਨਿਊਯਾਰਕ ਸਿਟੀ ਜਾ ਰਹੇ ਜਹਾਜ਼ ਨੂੰ ਉਸ ਸਮੇਂ ਵਾਪਸ ਪਰਤਣਾ ਪਿਆ ਜਦੋਂ ਜਹਾਜ਼ ਦੇ ਕਾਕਪਿਟ ਵਿੱਚੋਂ ਕੁਝ ਸੜਨ ਵਰਗੀ ਪਦਬੋਣ ਲੱਗੀ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ ਕੈਨੇਡਾ ਦੇ ਟ੍ਰਾਂਸਪੋਰਟ ਸੇਫਟੀ ਬੋਰਡ ਨੇ ਦੱਸਿਆ ਕਿ ਐਡਵਰ ਏਅਰ ਦੀ ਫਲਾਈਟ ਨੰਬਰ 48263 ਨੇ 3 ਫਰਵਰੀ ਦੀ ਸਵੇਰ ਨੂੰ ਟੋਰਾਂਟੋ ਪੀਆਰਐਸਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਨਿਊਯਾਰਕ ਦੇ ਜੀਐਫਕੇ ਹਵਾਈ ਅੱਡੇ ਲਈ ਉਡਾਨ ਭਰੀ ਸੀ ਪਰ ਉਸ ਦੌਰਾਨ ਜਹਾਜ਼ ਦੇ ਚਾਲਕ ਦਲ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਸੁਰੱਖਿਆ ਬੋਰਡ ਨੇ ਕਿਹਾ ਕਿ ਦੋ ਇੰਜਨ ਵਾਲੇ ਬੈਂਬਾਈ ਜਹਾਜ਼ ਦਾ ਚਾਲਕ ਦਲ ਜਦੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਦਬੂ ਕਿੱਥੋਂ ਆ ਰਹੀ ਹੈ ਉਹਨੂੰ ਕੈਪਟਨ ਵਾਲੇ ਪਾਸੇ ਲੱਗੇ ਵਿੰਡਸ਼ੀਲਡ ਹੀਟਰ ਕੰਟਰੋਲ ਯੂਨਿਟ ਵਿੱਚੋਂ ਚੰਗਿਆੜੀਆਂ ਅਤੇ ਆਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ ਉਹਨਾਂ ਨੇ ਤੁਰੰਤ ਆਕਸੀਜਨ ਮਾਸਕ ਲਗਾਏ ਅਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਜਹਾਜ਼ ਨੂੰ ਵਾਪਸ ਟੋਰਾਂਟੋ ਲੈ ਕੇ ਆਉਣ ਦੀ ਇਜਾਜ਼ਤ ਮੰਗੀ ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਸੁਰੱਖਿਆ ਬੋਰਡ ਨੇ ਦੱਸਿਆ ਕਿ ਜਦੋਂ ਜਹਾਜ਼ ਦੇ ਕਰੂ ਨੇ ਵਿੰਸ਼ੀਲ ਹੀਟਰ ਨੂੰ ਬੰਦ ਕਰ ਦਿੱਤਾ ਤਾਂ ਉਸ ਵਿੱਚੋਂ ਚੰਗਿਆੜੀਆਂ ਤੇ ਅੱਗ ਦੀਆਂ ਲਪਟਾਂ ਨਿਕਲੀਆਂ ਬੰਦ ਹੋ ਗਈਆਂ ਜਹਾਜ਼ ਵਿੱਚ 74 ਲੋਕ ਸਵਾਰ ਸਨ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂchnਾ ਨਹੀਂ ਹੈ ਪਰ ਇਸ ਤੋਂ ਬਾਅਦ ਡੈਲਟਾ 에ਅਰਲਾਈਨ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਟੈਕਨੀਸ਼ੀਅਨਾਂ ਨੇ ਬਾਅਦ ਵਿੱਚ ਜਹਾਜ਼ ਦੀ ਵਿੰਸ਼ੀਲ ਅਤੇ ਵਿੰਸ਼ੀਲ ਹੀਟਿੰਗ ਦੀ ਯੂਨਿਟ ਨੂੰ ਬਦਲ ਦਿੱਤਾ ਹੈ ਅਸੀਂ ਸੁਰੱਖਿਆ ਦਾ ਖਾਸ ਧਿਆਨ ਰੱਖਾਂਗੇ